ਕਲੋਨੀਆਂ ਕੱਟਣ ਵਾਸਤੇ ਰੈੱਡ ਕਰਤਾ, ਜੇ ਤੁਸੀਂ ਕਲੋਨੀ ਕੱਟਣੀ ਹੈ ਰੈੱਡ ਲੈ ਕੇ ਜਾਓ, ਉਹਦੇ 'ਚ ਸੀਵਰੇਜ ਦੇ ਪੈਸੇ ਹੋਣਗੇ, ਬਿਜਲੀ ਦੇ ਪੈਸੇ ਹੋਣਗੇ, ਨਜਾਇਜ਼ ਕਲੋਨੀਆਂ ਨਹੀਂ ਕੱਟੀਆਂ ਜਾਣਗੀਆਂ। ਕਲੋਨੀਆਂ ਕੱਟ ਕੇ ਆਪ ਭੱਜ ਜਾਂਦੇ ਨੇ, ਲੋਕਾਂ ਦਾ ਸਾਰੀ ਜ਼ਿੰਦਗੀ ਦਾ ਪੈਸਾ ਉੱਥੇ ਲੱਗ ਜਾਂਦਾ। ਉਹ ਕਹਿੰਦੇ ਤਾਂ ਇਹ ਤਾਂ ਕਲੋਨੀ ਤਾਂ ਨਜਾਇਜ਼ ਹੈ। ਸੋ ਹੁਣ ਕੋਈ ਨਹੀਂ, ਐਨ ਓ ਸੀ ਹੁਣ ਸਾਰੀ ਕਲੀਅਰ ਕਰ ਦੂੰਗਾ, ਇੱਕ ਵਾਰੀ ਤਾਂ ਸਾਰਾ ਜੋ ਹੋ ਗਿਆ ਉਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਾਤੀ ਪਲਾਟਾਂ 'ਚ, ਅਤੇ ਉਹ ਬਾਅਦ 'ਚ ਪਤਾ ਲੱਗਿਆ ਜੀ ਤਾਂ ਬੁੱਢਾ ਤੋਂ ਅਪਰੂਵ ਨਹੀਂ ਹੈਗੀ, ਉਹ ਭੱਜ ਗਿਆ ਜੀ ਜਿਹੜਾ ਕਲੋਨਾਈਜ਼ਰ ਹੈ। ਇੱਕ ਵਾਰੀ ਤਾਂ ਮੈਂ ਸਾਰੇ ਕਲੀਅਰ ਕਰ ਦੂੰਗਾ, ਐਨ ਓ ਸੀ ਜਿਹੜੀ ਹੈ ਨਾ ਸਾਰੀ ਕਲੀਅਰ ਕਰ ਦੂੰਗਾ, ਕੋਈ ਪ੍ਰੋਬਲਮ ਨਹੀਂ। ਅੱਗੇ ਤੋਂ ਆਪਾਂ ਨੇ ਸਟੈਂਪ ਪੇਪਰ ਹੀ ਹਜੇ ਕਰਤੇ, ਅੱਗੇ ਤੋਂ ਨਜਾਇਜ਼ ਕਲੋਨੀ ਬਣਨੀ ਹੋਈ ਨਹੀਂ। ਤੂੰ ਇਸ ਤਰ੍ਹਾਂ ਦੇ ਕੰਮ ਕਰ ਰਿਹਾ, ਟਾਟਾ ਸਟੀਲ ਆ ਗਿਆ, ਗ੍ਰਾਸਿਮ ਪੇਂਟ ਆ ਗਿਆ, ਆਹ ਤੁਹਾਡੇ ਇਲਾਕੇ 'ਚ ਨਾ ਹਿੰਦੁਸਤਾਨ ਲੀਵਰ ਹੈ, ਕਿਸਾਨ ਕੈਚਅਪ ਬਣਦੀ ਹੈ, ਕਿਸਾਨ ਕੈਚਅਪ। 10,000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ ਹਰ ਸਾਲ। ਹੁਣ ਕਿੰਨਾ ਲੈਂਦੇ ਪੰਜਾਬ 'ਚੋਂ? 500 ਮੀਟ੍ਰਿਕ ਟਨ। 9,500 ਮੀਟ੍ਰਿਕ ਟਨ ਨਾਸਿਕ ਤੋਂ ਲਿਆਉਂਦੇ ਨੇ, ਫੈਕਟਰੀ ਨਾਭੇ ਹੈ, ਟਮਾਟਰ ਨਾਸਿਕ ਤੋਂ ਆਉਂਦੇ ਨੇ। ਮੈਂ ਕਿਹਾ ਸਾਨੂੰ ਦੱਸੋ ਕਿੰਨਾ ਪੈਦਾ ਕਰਨਾ ਹੈ, ਸਾਡੇ ਨਾਲ ਗੱਲ ਕਰੋ। ਕਹਿੰਦੇ ਜੀ ਉਹ ਵਰਾਇਟੀ ਪੰਜਾਬ 'ਚ ਪੈਦਾ ਨਹੀਂ ਕਰਦੇ। ਮੈਂ ਕਿਹਾ ਮੈਂ PAU ਵਾਲੇ, ਖੇਤੀਬਾੜੀ ਯੂਨੀਵਰਸਿਟੀ ਵਾਲੇ ਬਿਠਾਏ ਸਾਇੰਟਿਸਟ, ਮੈਂ ਕਿਹਾ ਜਿਹੜਾ ਟਮਾਟਰ ਕਹਿੰਦੇ ਨੇ ਪੈਦਾ ਕਰ। ਉਹ ਗੱਲ ਹੋ ਗਈ, ਹੁਣ 10,000 ਦਾ 10,000 ਆ ਨਾਭਾ, ਆ ਅਮਲੋ, ਭਾਦਸੋਂ ਤੁਹਾਡਾ ਚੰਨੋ ਸਮਾਣਾ ਤੁਹਾਡੇ ਵਾਲਾ ਏਰੀਆ, ਇੱਥੇ ਟਮਾਟਰ ਪੈਦਾ ਹੋਊਗਾ, ਨਾਲੇ ਝੋਨੇ ਤੋਂ ਖਹਿੜਾ ਛੁੱਟੂਗਾ, ਨਾਲੇ ਫਸਲ ਜਿਹੜੀ ਹੈ ਉਹ ਬੰਪਰ ਹੋਊਗੀ, ਪੈਸੇ ਮਿਲਣਗੇ ਪੱਕੇ, ਅਤੇ ਧਰਤੀ ਥੱਲੇ ਪਾਣੀ ਬਚੂਗਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਆਪਾਂ ਉਹ ਗੁਰੂ ਨਾਨਕ ਸਾਹਿਬ ਦਾ ਵੀ ਜਿਹੜਾ ਬਚਨ ਹੈ ਉਹਤੇ ਵੀ ਪੂਰੇ ਉਤਰਾਂਗੇ ਥੋੜ੍ਹੇ ਬਹੁਤ। ਸੋ ਨਾਲੇ ਪੁੰਨ ਨਾਲੇ ਫਲੀਆਂ। ਸੋ ਕੰਮ ਕਰਨਾ ਹੋਵੇ ਤਾਂ ਐਂ ਕਰਨਾ ਪਊਗਾ। ਇਹਨਾਂ ਨੇ ਕੀ ਸਮਝ ਲਿਆ ਸੀ, ਇਹ ਜਿੱਤ ਕੇ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲੈਂਦੇ ਸੀ ਵੀ ਲੋਕ ਨਾ ਆ ਜਾਣ ਹੁਣ, ਕਿਤੇ ਪਬਲਿਕ ਨੇੜੇ ਨਹੀਂ ਲੱਗਣ ਦੇਣੀ। ਇਹਨਾਂ ਨੇ ਮਹਿਲਾਂ ਦੇ ਕੁੰਡੇ ਅੰਦਰੋਂ ਲਾ ਲਏ, 4.5 ਸਾਲ ਮੈਂ ਖੋਲ੍ਹ ਲੈਂਦੇ ਸੀ ਜੋ ਲੋਕਾਂ ਕੋਲ ਜਾਣਾ ਹੁੰਦਾ ਸੀ। ਐਤਕੀ ਕੀ ਹੋਇਆ, ਮਹਿਲਾਂ ਦੇ ਕੁੰਡੇ ਤਾਂ ਲਾ ਲਏ, ਜਦੋਂ 4.5 ਸਾਲ ਮੈਂ ਖੋਲ੍ਹਣ ਲੱਗੇ ਉਹ ਖੁੱਲ੍ਹੇ ਹੀ ਨਾ। ਬਥੇਰਾ ਐਂ ਕੀਤਾ, ਕਹਿੰਦੇ ਖੁੱਲ੍ਹਦਾ ਕਿਉਂ ਨਹੀਂ? ਉਹ ਕਹਿੰਦੇ ਜੀ ਲੋਕ ਬਾਹਰੋਂ ਲਾ ਗਏ, ਕਹਿੰਦੇ ਹੁਣ ਤੁਸੀਂ ਰਹੋ ਇੱਥੇ ਬਸ, ਉਹ ਬੈਠੇ ਨੇ ਉੱਥੇ ਬਸ। ਸੋ ਵੀਰੋ, ਇਹਨਾਂ ਨੇ ਜਿਹੜੇ ਪਹਾੜਾਂ 'ਚ ਮਹਿਲ ਪਾਏ ਹੋਏ ਨੇ, ਇਹਨਾਂ ਨੇ ਜਿਹੜੇ ਪਹਾੜਾਂ 'ਚ ਹੋਟਲ ਪਾਏ ਹੋਏ ਨੇ, ਉਹ ਲੋਕਾਂ ਦੇ ਖੂਨ ਨਾਲ ਨੇ ਬਾਈ ਜੀ। ਉਹ ਸਵਿਮਿੰਗ ਪੂਲ ਜਿਹੜੇ ਨਾ, ਹਰੇਕ ਕਮਰੇ ਦੇ ਪਿੱਛੇ ਪੂਲ ਹੈ ਸੁੱਖ ਵਿਲਾਸ 'ਚ, ਉਹ ਪੂਲ 'ਚ ਪਾਣੀ ਨਹੀਂ ਹੈਗਾ, ਲੋਕਾਂ ਦਾ ਖੂਨ ਹੈ, ਲੋਕਾਂ ਦਾ ਲੁੱਟਿਆ ਹੋਇਆ, ਲੋਕਾਂ ਦਾ ਚੂਸਿਆ ਹੋਇਆ ਖੂਨ ਹੈ। ਸੁੱਖ ਵਿਲਾਸ ਨੂੰ 15 ਸਾਲ ਵਾਸਤੇ ਬਿਜਲੀ ਫਰੀ ਹੈ, ਸੁੱਖ ਵਿਲਾਸ ਨੂੰ ਲਗਜ਼ਰੀ ਟੈਕਸ ਫਰੀ ਨੇ, ਸੁੱਖ ਵਿਲਾਸ ਨੂੰ GST ਅਤੇ ਸਟੇਟ ਦਾ GST, ਉਹਨੂੰ SGST ਕਹਿੰਦੇ ਨੇ, ਸਟੇਟ ਦੀ GST, ਉਹ ਸਾਰੀ ਮੁਫਤ ਹੈ, ਸਾਰਾ ਕੁਝ ਹੀ ਮੁਫਤ ਹੈ ਸੁੱਖ ਵਿਲਾਸ ਨੂੰ। ਮੇਰੇ ਹੱਥ 'ਚ ਕਾਗਜ਼ ਆ ਗਏ, ਆਹੀ ਮੈਂ ਭਾਲਦਾ ਹੁੰਦਾ। ਹੋਰ ਕਹਿੰਦਾ ਅੰਨਾ ਕੀ ਭਾਲੇ, ਦੋ ਅੱਖਾਂ? ਮੈਂ ਕਿਹਾ ਲਿਆਓ ਕਾਗਜ਼ ਕਰਾਂ। ਹੁਣ ਕੱਢ ਕੇ ਕਾਗਜ਼ ਪੂਰੇ ਹੋ ਰਹੇ ਨੇ। ਆਮ ਤੌਰ 'ਤੇ ਜਿਹੜੇ ਲੀਡਰ ਨੇ ਉਹ ਆਪਣੇ ਕਰ ਕਮਲਾਂ ਨਾਲ ਕੈਂਚੀ ਨਾਲ ਰੀਵਨ ਕੱਟ ਕੇ ਉਦਘਾਟਨ ਕਰਦੇ ਨੇ ਕਿਸੇ ਚੀਜ਼ ਦਾ। ਮੈਂ ਸੁੱਖ ਵਿਲਾਸ ਨੂੰ ਢਾਉਣ ਦਾ, ਢਾਉਂਦੇ ਤਾਂ ਨਹੀਂ ਹੈਗੇ, ਇੱਕ ਸੜਕ ਜੀ ਢਾਉਣੀ ਹੈ, ਸੁੱਖ ਵਿਲਾਸ ਵਾਲੀ ਸੜਕ ਤੋੜਨ ਦਾ JCB ਦਾ ਕਲੱਚ ਛੱਡ ਕੇ ਉਦਘਾਟਨ ਕਰੂੰਗਾ ਪੈਰ ਨਾਲ। ਔਰ ਸਕੂਲ ਉਹ ਢਾਉਂਦੇ ਨਹੀਂ ਹੈਗੇ, ਆਪਾਂ ਉਹਨੂੰ ਆਪਾਂ ਕਬਜ਼ੇ 'ਚ ਲੈ ਕੇ ਉਹਦੇ ਸਕੂਲ ਖੋਲ੍ਹ ਦਾਂਗੇ। ਪਹਾੜਾਂ 'ਚ ਸਕੂਲ ਹੈ, ਸਰਕਾਰੀ ਸਕੂਲ ਹੋਊਗਾ, ਪਹਿਲਾ ਸਕੂਲ ਹੋਊਗਾ, ਅਤੇ ਨਾਲੇ ਦਾ ਨਾਰਾ ਵੀ ਬਹੁਤ ਵਧੀਆ ਬਣਾ ਲਿਆ ਮੈਂ, ਉਹ ਵੀ ਲਿਖਿਆ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ, ਇਹ ਫਿਰ ਆਪਾਂ ਕਰ ਦਾਂਗੇ ਉੱਥੇ। ਸਹੀ ਹੈ ਨਾ?
ਤਾੜੀਆਂ ਮਾਰ ਕੇ ਦੱਸ ਦਿਓ, ਸਹੀ ਹੈ ਨਾ ਗੱਲ? ਢਾਈਏ ਕਿਉਂ ਆਪਾਂ? ਆਪਾਂ ਕਿਉਂ ਢਾਈਏ? ਆਪਾਂ ਆਪਦੇ ਵਾਸਤੇ ਵਰਤਾਂਗੇ ਇਹਨੂੰ। ਜਿੰਨੀਆਂ ਇਹਨਾਂ ਨੇ ਬਣਾਈਆਂ, ਤੁਹਾਡਾ ਪੈਸਾ ਲੁੱਟ ਲੁੱਟ ਕੇ, ਸਾਰੀਆਂ ਜਾਇਦਾਦਾਂ ਇਹਨਾਂ ਤੋਂ ਖੋਊਂਗਾ। ਹੁਣ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਬੜਾ ਕੰਮ ਖਰਾਬ ਹੋ ਗਿਆ, ਤਾਂ ਕਰੀਏ ਕੀ ਹੁਣ? ਨਾ ਮੰਨੇ ਕਿਸੇ ਦੀ। ਮੈਂ ਕਿਹਾ ਮੈਂ ਨਹੀਂ ਮੰਨਦਾ। ਉਹ ਮੈਨੂੰ ਕਹਿੰਦੇ ਐਸ ਵਾਈ ਐਲ ਹਰਿਆਣੇ ਵਾਲੇ ਕਹਿੰਦੇ। ਮੈਂ ਕਿਹਾ ਸਾਡੇ ਕੋਲ ਹੈ ਹੀ ਨਹੀਂ ਪਾਣੀ। ਕਹਿੰਦੇ ਨਹੀਂ ਐਸ ਵਾਈ ਐਲ। ਮੈਂ ਕਿਹਾ ਨਾ ਹੈ ਨਹੀਂ। ਉਹ ਖੱਟਰ ਸਾਹਿਬ ਬੈਠੇ ਹੁਣ ਤਾਂ ਚਲੋ ਸਾਬਕਾ ਹੋ ਗਏ, ਬੀਜੇਪੀ 'ਚ ਇਹ ਵੀ ਨਹੀਂ ਪਤਾ ਲੱਗਦਾ ਨਾ ਕਦੋਂ ਸਾਬਕਾ ਕਰ ਦੇਣ। ਅਤੇ ਉਸ ਖੱਟਰ ਸਾਹਿਬ ਕਹਿੰਦੇ ਜੀ ਮੰਨ ਜੋ ਮਾਨ ਸਾਹਿਬ। ਮੈਂ ਕਿਹਾ ਨਾ, ਪਾਣੀ ਹੈ ਹੀ ਨਹੀਂ ਮੇਰੇ ਕੋਲ। ਉਹ ਮੇਰੀ ਜਿਹੜੀ ਧਰਮ ਪਤਨੀ ਉਹ ਭੇਵੇ ਦੀ ਹੈ, ਅਤੇ ਭੇਵੇ ਦਾ ਪਰਿਵਾਰ ਹੈ ਉਹ, ਅਤੇ ਉਹ ਡਾਕਟਰ ਗੁਰਪ੍ਰੀਤ ਕੌਰ। ਤੋ ਖੱਟਰ ਮੈਨੂੰ ਕਹਿੰਦਾ, ਕਹਿੰਦਾ ਮਾਨ ਸਾਹਿਬ ਮਾਨ ਜਾਈਏ, ਯੇ ਨਹਿਰ ਜੋ ਹੈ ਨਾ ਇਹ ਭੇਵਾ ਹੋ ਕੇ ਵੀ ਜਾਏਗੀ। ਮੈਂ ਕਿਹਾ ਖੱਟਰ ਸਾਹਿਬ, ਹਰਿਆਣੇ ਦੇ ਲੋਕ ਤਾਂ ਰੀਤੀ ਰਿਵਾਜ਼ਾਂ ਦੇ ਇੰਨੇ ਪੱਕੇ ਨੇ ਵੀ ਆਪਦੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਵੀ ਨਹੀਂ ਪੀਂਦੇ, ਤੁਸੀਂ ਨਹਿਰ ਮੰਗੀ ਜਾਂਦੇ ਹੋ ਮੈਥੋਂ। ਉਹ ਕਹਿੰਦਾ ਚੱਲ ਠੀਕ ਹੈ ਯਾਰ, ਭਾਵੇਂ ਨਾ ਦੇਈਂ ਪਰ ਬਾਹਰ ਜਾ ਕੇ ਪ੍ਰੈਸ 'ਚ ਨਾ ਕਹਿ ਦੇਈਂ ਯਾਰ ਇਹ ਗੱਲ ਕਿਤੇ। ਮੈਂ ਕਿਹਾ ਆ ਜਾ ਫਿਰ। ਮੈਂ ਕਿਹਾ ਅਸੀਂ ਵੀ ਇਹੀ ਕੰਮ ਕੀਤਾ, ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ। ਸੋ ਪੰਜਾਬ ਦੇ ਹੱਕਾਂ ਵਾਸਤੇ ਕਦੇ ਕੋਈ ਸਮਝੌਤਾ ਨਹੀਂ। ਪੰਜਾਬ ਦੇ ਵਪਾਰੀਆਂ ਨੂੰ ਬਹੁਤ ਈਜ਼ੀ ਕਰਤੀ ਇੰਡਸਟਰੀਅਲ ਪਾਲਿਸੀ। ਮੌਕੇ ਮਿਲਣਗੇ, ਆਪਣਾ ਯੂਨਿਟ ਵੱਡਾ ਕਰੋ, ਆਪਣੀ ਫੈਕਟਰੀ ਵੱਡੀ ਕਰੋ, ਮੈਨੂੰ ਫਾਇਦਾ ਇਹ ਹੈ ਜਿੰਨੀ ਫੈਕਟਰੀ ਵੱਡੀ ਹੋਊ ਮੈਨੂੰ ਰੈਵਨਿਊ ਆਊਗਾ ਖਜ਼ਾਨੇ 'ਚ, ਲੋਕਾਂ ਨੂੰ ਵੱਧ ਲੋਕਾਂ ਨੂੰ ਕੰਮ ਮਿਲੂਗਾ। ਹੋਰ ਮੈਂ ਕੀ ਚਾਹੁੰਦਾ ਜੀ? ਮੇਰੇ ਧੀਆਂ ਪੁੱਤਰ ਨੂੰ, ਪੰਜਾਬ ਦੇ ਧੀਆਂ ਪੁੱਤਰ ਨੂੰ ਨੌਕਰੀ ਇੱਥੇ ਮਿਲ ਜੇ, ਅਸੀਂ ਕੀ ਲੈਣਾ ਕੈਨੇਡੇ ਤੋਂ ਯਾਰ? ਕਿਉਂ ਜਾਈਏ ਅਸੀਂ ਕੈਨੇਡੇ ਅਮਰੀਕੇ? ਇੱਥੇ ਸਾਡਾ ਕੈਨੇਡਾ ਅਮਰੀਕਾ, ਸਾਡਾ ਗੁਰੂ ਨਾਨਕ ਦੇਵ ਜੀ ਦੀ ਧਰਤੀ, ਸ਼ਹੀਦਾਂ ਗੁਰੂ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਦੀ ਧਰਤੀ ਹੈ, ਅਸੀਂ ਕਿਉਂ ਛੱਡ ਕੇ ਜਾਈਏ ਇੱਥੋਂ? ਸੋ ਇਹ ਮੇਰਾ ਕੰਮ ਹੈ ਕਿ ਉਹਨਾਂ ਨੂੰ ਫੈਕਟਰੀਆਂ ਨੂੰ ਜ਼ਿਆਦਾ ਪਰਮਿਸ਼ਨਾਂ ਦੇਊਂਗਾ, ਬਿਜਲੀ ਸਸਤੀ ਹੋ ਜੂਗੀ, ਹੋਰ ਵੱਡੇ ਆਉਣਗੇ। ਆਹ ਰਾਜਪੁਰਾ ਤੱਕ ਤਾਂ ਸਾਰਾ ਦੇਖੋ ਤੁਸੀਂ ਭਰ ਜਾਣਾ। ਹੁਣ ਤੱਕ 70,000 ਕਰੋੜ ਦਾ ਇਨਵੈਸਟਮੈਂਟ ਆ ਗਈ, 298,000 ਮੁੰਡੇ ਕੁੜੀਆਂ ਨੂੰ ਕੰਮ ਮਿਲ ਗਿਆ। ਹੁਣ ਅੱਗੇ ਹੋਰ ਆਉਣਾ ਆ ਇਲੈਕਸ਼ਨਾਂ ਤੋਂ ਬਾਅਦ, ਆਹ 13-0 ਕਰ ਦਿਓ। ਵਪਾਰੀ ਨੂੰ ਇਹ ਪਤਾ ਲੱਗ ਜਾਂਦਾ ਭਾਈ ਸਰਕਾਰ ਪੱਕੇ ਪੈ ਰਹੀ ਹੈ, ਜੇ ਖੜਨਗੇ ਤਾਂ ਖੜਨਗੇ, ਕਿਤੇ ਐਂ ਨਹੀਂ ਹੈਗਾ ਵੀ ਰਾਹ 'ਚੋਂ ਕੋਈ ਸਰਕਾਰ ਟੁੱਟ ਜੂ ਜਾਂ ਕੋਈ ਹੋਰ। 13-0 ਕਰ ਦਿਓ। ਇਹਨਾਂ ਤੋਂ ਜਿਹੜਾ ਪੈਸਾ ਜਿਹੜਾ ਲੈ ਕੇ ਆਉਣਾ ਮੈਂ, ਇੰਡਸਟਰੀ ਦਾ, NHM ਦਾ, RDF ਦਾ, ਮੈਂ ਸਾਰੇ ਪੈਸੇ ਲੈ ਕੇ ਆਊਂਗਾ, ਫਿਰ ਕੰਮ ਕਰਨ ਦਾ ਨਜ਼ਾਰਾ ਆਊਗਾ 13-0 ਨਾਲ। ਔਰ ਜਿਹੜੇ ਹਿਸਾਬ 'ਤੇ ਮੈਂ ਦੇਖ ਰਿਹਾ, ਮੈਂ ਗੁਰਦਾਸਪੁਰ ਗਿਆ, ਮੈਂ ਬਟਾਲੇ ਗਿਆ, ਮੈਂ ਪਠਾਨਕੋਟ ਗਿਆ, ਦੀਨਾਨਗਰ ਗਿਆ, ਮੈਂ ਅੰਮ੍ਰਿਤਸਰ ਗਿਆ, ਮੈਂ ਪੱਟੀ ਗਿਆ, ਮੈਂ ਤਰਨ ਤਾਰਨ ਗਿਆ, ਮੈਂ ਬਾਗੇ ਪੁਰਾਣੇ ਗਿਆ, ਮੈਂ ਫਿਰੋਜ਼ਪੁਰ ਗਿਆ, ਮੈਂ ਝਨੀਰ ਗਿਆ, ਮੈਂ ਬੱਲੂਆਣੇ ਗਿਆ, ਰਾਤ ਮੈਂ ਬਠਿੰਡੇ ਸੀ, ਅੱਜ ਮੈਂ ਤੁਹਾਡੇ ਕੋਲ ਹਾਂ, 6:30-7 ਵਜੇ ਮਲੇਰਕੋਟਲੇ ਜਾਊਂਗਾ। ਜਿੱਥੇ ਜਾਣਾ ਲੋਕ ਇਹੀ ਕਹਿੰਦੇ ਨੇ ਕਿ ਬੱਦਲਬਾਈ ਠੀਕ ਨਹੀਂ ਹੈਗੀ, ਐਤਕੀ 13-0 ਕਰਾਂਗੇ ਅਸੀਂ ਪਹਿਲੀ ਵਾਰ। ਕਾਂਗਰਸ ਦੇ ਆਪਦੇ ਰੌਲੇ ਨਹੀਂ ਮੁੱਕਦੇ, ਉਹ ਤਾਂ ਆਪ 'ਚ ਹੀ ਲੜੀ ਜਾਂਦੇ ਆ, ਠੀਕ ਹੈ ਨਾ। ਬੀਜੇਪੀ ਵਾਲਿਆਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਲੋਕ, ਉਹ ਕਹਿੰਦੇ ਭਾਈ ਦਿੱਲੀ ਤੁਹਾਡੀ ਸੀ, ਤੁਸੀਂ ਦਿੱਲੀ ਨਹੀਂ ਵੜ ਦਿੱਤਾ, ਪਿੰਡ ਸਾਡੇ ਨੇ, ਅਸੀਂ ਪਿੰਡ 'ਚ ਨਹੀਂ ਵੜ ਦਿੰਦੇ। ਉਹ ਵਿਚਾਰਾ ਹੰਸਰਾਜ ਹੰਸੋਰਾਂ ਨੂੰ ਵਿਚਾਰਿਆਂ ਨੂੰ ਰੋਜ਼ ਕਿਤੇ ਨਾ ਕਿਤੇ ਘੇਰੀ ਖੜ੍ਹੇ ਹੁੰਦੇ ਨੇ, ਠੀਕ ਹੈ ਨਾ। ਸੋ ਇਹ ਮੇਰੇ ਕਰਕੇ ਤਾਂ ਨਹੀਂ, ਮੈਂ ਤਾਂ ਨਹੀਂ ਕਰਾਉਂਦਾ, ਇਹ ਆਪਦੀਆਂ ਕਰਤੂਤਾਂ ਕਰਕੇ ਨੇ। ਮੇਰਾ ਕੀ ਕਸੂਰ ਹੈ 'ਚ? ਸ਼ਿਕਾਇਤ ਲੈ ਕੇ ਚਲੇ ਗਏ, ਕਹਿੰਦੇ ਭਗਵੰਤ ਮਾਨ
ਸਾਨੂੰ ਪ੍ਰਚਾਰ ਨਹੀਂ ਕਰ ਦਿੰਦਾ ਭਾਈ, ਲੋਕ ਨਹੀਂ ਕਰਨ ਦਿੰਦੇ, ਮੈਂ ਕੀ ਕਰਾਂ? ਤੁਹਾਡੀਆਂ ਕਰਤੂਤਾਂ ਹੀ ਐਸੀਆਂ ਸੀ, ਕਿਉਂ ਲਿਆ ਸੀ ਪੰਗਾ? ਹੁਣ ਉਹਨਾਂ ਨਾਲ ਗੁੱਸੇ ਨੇ, ਉਹ ਲੈ ਬੀਬਾ ਜੀ ਰੋਣ ਹੀ ਲੱਗ ਗਈ ਕੱਲ੍ਹ ਪਰਸੋਂ, ਦੇਖੀ ਸੀ ਹਰਸਿਮਰਤ ਕੌਰ? ਹਾਏ ਰੱਬਾ ਯਾਰ, ਕਿੱਡੇ ਕਿੱਡੇ ਖੇਖਣ ਨੇ ਇਹਨਾਂ ਦੇ, ਹੈ ਰੋਣ ਲੱਗ ਗਈ। ਇਹ ਤਾਂ ਹਜੇ ਥੋੜ੍ਹਾ ਜਿਹਾ ਅੱਖਾਂ ਜਿਹੀਆਂ ਗਿੱਲੀਆਂ ਹੋਈਆਂ ਨੇ, ਪੰਜ ਸੱਤ ਦਿਨਾਂ ਨੂੰ ਦੇਖੋ ਦੂਜੇ ਲੋਟ ਜਵਾਕਾਂ ਵਾਂਗੂ ਰਹਿ ਗਏ। ਕਰਤੂਤਾਂ ਕਰਕੇ ਰੋਂਦੇ ਹੋ ਭਾਈ? ਕੋਈ ਛੱਡਿਆ ਪਾ, ਕੋਈ ਲੁੱਟਣ ਕਣੀ ਹੋ? ਪਹਿਲਾਂ ਮੈਂ ਤਾਂ ਜਦੋਂ ਸੀਐਮ ਹਾਊਸ 'ਚ ਗਿਆ, ਇੱਕ ਘਰ 'ਚ ਰੂਸਾ ਰਹਿੰਦੀ ਸੀ, ਦੋ ਘਰ ਨੇ ਜੁੜੇ ਹੋਏ, ਇੱਕ 'ਚ ਮਹਾਰਾਣੀ ਪ੍ਰੀਤ ਕੌਰ ਅਤੇ ਉਹਨਾਂ ਦਾ ਬੇਟਾ ਰਹਿੰਦਾ ਸੀ, ਆਪ ਸਿਸਮਾ ਰਹਿੰਦਾ ਸੀ ਮਹਾਰਾਜਾ ਸਾਹਿਬ। ਜਦੋਂ ਮੈਂ ਘਰ 'ਚ ਗਿਆ, ਮੈਂ ਤਾਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ, ਮੈਂ ਕਿਹਾ ਪਤਾ ਨਹੀਂ ਕੀ ਪਾਪ ਹੋਏ ਹੋਣੇ ਇੱਥੇ ਯਾਰ, ਸੋਫੇ ਬਦਲੇ ਮੈਂ ਇਹਨਾਂ ਸੋਫਿਆਂ 'ਤੇ ਬੈਠ ਕੇ ਪਤਾ ਨਹੀਂ ਕਿਹੜੇ ਕਿਹੜੇ ਫੈਸਲੇ ਲਏ ਹੋਣੇ ਇਹਨਾਂ ਨੇ। ਸੋ ਮੈਂ ਤਾਂ ਸੌਂ ਲੱਗੇ, ਪਵਿੱਤਰ ਕਰਾ ਕੇ, ਹਵਨ ਕਰਾ ਕੇ, ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਫਿਰ ਅੰਦਰ ਵੜਿਆ ਜੀ ਮੈਂ, ਕਿਉਂਕਿ ਲੋਕਾਂ ਦੇ ਵਿਰੁੱਧ ਜਿਹੜੇ ਫੈਸਲੇ ਹੋਏ ਨੇ ਉਹ ਲੁਕਾਈ ਦੇ ਵਿਰੁੱਧ ਹੋ ਗਏ, ਅਤੇ ਲੋਕਾਂ 'ਚ ਪਰਮਾਤਮਾ ਵੱਸਦਾ, ਇਹਦਾ ਮਤਲਬ ਰੱਬ ਦੇ ਵਿਰੁੱਧ ਫੈਸਲੇ ਹੋ ਗਏ, ਫਿਰ ਤਾਂ ਹੀ ਉਹ ਰੱਬ ਨੇ ਖਾਲੀ ਕਰਤੇ ਨਾ। ਅਸੀਂ ਉਸੇ ਘਰ 'ਚ ਰਹਿੰਦੇ ਹਾਂ, ਉਸ ਨੂੰ ਠੀਕ ਕਰਾ ਰਿਹਾ ਹੁਣ, ਕਿਉਂਕਿ ਇਹਨਾਂ ਦਾ ਪਹਿਲਾਂ ਸੀਰੀਅਸ ਹੀ ਲਿਆਓ ਘਰ। ਜੇ ਤੁਹਾਨੂੰ ਪਰਮਾਤਮਾ ਕੋਈ ਚੀਜ਼ ਦੇ ਦੇ, ਉਹਨੂੰ ਨਕਾਰੋ ਨਾ, ਸਵੀਕਾਰੋ। ਇਹ ਮੁੱਖ ਮੰਤਰੀ ਦੀ ਕੋਠੀ ਦੇਤੀ, ਰਿਹਾ ਹੀ ਨਹੀਂ ਉਹ 'ਚ ਕੈਪਟਨ, ਅਤੇ ਨਾ ਹੀ ਹੋ ਰਿਹਾ ਸੁਖਵੀਰ। ਕਹਿੰਦੇ ਨਾ, ਅਸੀਂ ਤਾਂ ਇੱਥੋਂ ਵਧੀਆ ਪੜਾਵਾਂਗੇ। ਫਿਰ ਰੱਬ ਕਹਿੰਦਾ ਕੋਈ ਗੱਲ ਨਹੀਂ, ਫਿਰ ਆ ਕੇ ਦਿਖਾਈ ਇੱਥੇ ਦੁਬਾਰੇ ਹੁਣ ਕਦੇ। ਮੇਰੀ ਮਾਂ ਪਿੰਡ ਰਹਿੰਦੀ ਹੈ, ਜ਼ਿਆਦਾਤਰ ਪਿੰਡ ਰਹਿੰਦੀ ਹੈ, ਹਫ਼ਤੇ 'ਚ ਆ ਜਾਂਦੀ ਹੈ, 10 ਦਿਨਾਂ 'ਚ 2 ਦਿਨ 3 ਦਿਨ ਆ ਜਾਂਦੀ ਹੈ, ਦਵਾਈ ਦਵਾਈ ਲੈਣੀ ਹੁੰਦੀ ਹੈ। ਪਿੰਡ ਦੇ ਜੀ ਲੱਗਦਾ ਉਹਦਾ, ਉਹ ਕੋਈ ਪੱਤਰਕਾਰ ਆਦਮੀ ਰਹਿੰਦੇ ਨੇ ਪਿੰਡ, ਸਤੌਜ ਆ ਗਏ ਕੋਈ ਪੱਤਰਕਾਰ ਇੰਟਰਵਿਊ ਕਰਨ, ਉਹ ਜਿਹੜੇ ਪਿੱਛੇ ਕੰਧ ਸੀਗੀ ਜਿੱਥੇ ਇੰਟਰਵਿਊ ਕਰਦਾ ਸੀ, ਉੱਥੇ ਇੱਟਾਂ ਜਿਹੀਆਂ ਉੱਖੜੀਆਂ ਪਈਆਂ ਸੀ, ਟੀਪ ਟੂਪ ਜੀ ਸਾਰੀ ਝੜੀ ਪਈ ਸੀ। ਉਹ ਪੱਤਰਕਾਰ ਕਹਿੰਦਾ, ਜੀ ਹੁਣ ਤਾਂ ਤੁਸੀਂ ਮੁੱਖ ਮੰਤਰੀ ਦੀ ਮਾਂ ਬਣ ਗਏ, ਹੁਣ ਆ ਪਿੱਛੇ ਕੰਧ ਦਾ ਹਾਲ ਦੇਖੋ, ਕੰਧ ਤਾਂ ਠੀਕ ਕਰਾ ਲਓ। ਮੇਰੀ ਮਾਂ ਕਹਿੰਦੀ,